ਸਤਿ ਸ਼੍ਰੀ ਅਕਾਲ ਜੀ। ਅੱਜ ਮੈਂ ਹਾਲੇ ਸੁੱਤੀ ਪਈ ਉੱਠੀ ਹਾਂ, ਮੈਨੂੰ ਅਚਾਨਕ ਲਾਈਵ ਆਉਣਾ, ਮੈਂ ਆਈ ਹਾਂ ਅਚਾਨਕ ਲਾਈਵ ਹੋਈ ਹਾਂ ਬਿਕੋਜ਼ ਮੈਂ ਕੁਛ ਗੱਲਾਂ ਕਲੀਅਰ ਕਰਨਾ ਚਾਹੁੰਦੀ ਹਾਂ। ਮੈਂ ਜਿਹੜਾ ਇੰਟਰਵਿਊ ਦਿੱਤਾ ਉਹਨੂੰ ਤੁਸੀਂ ਬਹੁਤ, ਮੈਨੂੰ ਬੜੇ ਮੈਸੇਜਿਸ ਆਏ, ਸਭ ਨੇ ਕਿਹਾ ਥੈਂਕ ਯੂ ਸੋ ਮੱਚ, ਤੁਸੀਂ ਆਪਣੀ ਰੀਅਲ ਸਾਈਡ ਦਿਖਾਈ, ਤੁਸੀਂ ਬੜੇ ਸਟਰੋਂਗ ਹੋ, ਤੁਸੀਂ ਬਹੁਤਿਆਂ ਲਈ ਇੰਸਪੀਰੇਸ਼ਨ ਹੋ। ਪਹਿਲੀ ਗੱਲ, ਇਸ ਜਗ੍ਹਾ 'ਤੇ ਪਹੁੰਚਣ ਲਈ ਬੜਾ ਟਾਈਮ ਲੱਗਿਆ, ਬਹੁਤ ਹਿੰਮਤ ਹੋਈ ਕਿ ਮੈਂ ਇਹ ਸਾਰਾ ਸੱਚ ਸਾਡੇ, ਮਤਲਬ ਜੋ ਵੀ ਹੋਇਆ, ਮੈਂ ਸਭ ਦੇ ਸਾਹਮਣੇ ਰੱਖਾਂ। ਸ਼ਾਇਦ ਤੁਹਾਨੂੰ ਇਹ ਨਹੀਂ ਪਤਾ ਹੋਊਗਾ ਕਿ ਇੰਟਰਵਿਊ ਔਨ ਏਅਰ ਹੋਣ ਤੋਂ ਬਾਅਦ ਮੈਨੂੰ ਕਈ ਕਾਲਸ ਆ ਚੁੱਕੇ ਨੇ ਕਿ ਵੀਡੀਓ ਡਿਲੀਟ ਕਰੋ, ਇੰਟਰਵਿਊ ਡਿਲੀਟ ਕਰੋ, ਨਹੀਂ ਤਾਂ ਪੇਜ ਡਿਲੀਟ ਕਰ ਦਿੱਤੇ ਜਾਣਗੇ, ਨਹੀਂ ਤਾਂ ਤੁਹਾਨੂੰ ਦੱਸਾਂਗੇ। ਅੱਧਿਆਂ ਨੇ ਤਾਂ ਮਤਲਬ ਬੱਬੂ ਮਾਨ ਜੀ ਦੇ ਫੈਨ ਹੋਣ ਦੇ ਨਾਤੇ ਮੈਂ ਇਹ ਕਹਿਣਾ ਚਾਹੂੰਗੀ, ਅਗਰ ਤੁਸੀਂ ਫੈਨ ਹੋ, ਪਹਿਲੀ ਗੱਲ ਤੁਸੀਂ ਰਿਸਪੈਕਟ ਕਰਨਾ ਤਾਂ ਸਿੱਖ ਲਓ। ਕਿਸੇ ਕੁੜੀ ਨੂੰ ਧਮਕੀਆਂ ਦੇ ਰਿਹਾ ਜੀ ਤੂੰ ਮਾਨ ਸਾਹਿਬ ਦੇ ਬਾਰੇ ਬੋਲੀ, ਪਹਿਲੀ ਗੱਲ, ਮੈਂ ਅਗਰ ਟੈਟੂ ਬਣਵਾਇਆ ਮੈਂ ਆਪਣੇ ਲਈ ਬਣਵਾਇਆ ਬਿਕੋਜ਼ ਮੈਂ ਉਹਨਾਂ ਦੀ ਫੈਨ ਹਾਂ। ਔਰ ਅਗਰ ਉਹਨਾਂ ਦੇ ਫੈਨ ਵੀ ਮੇਰੀ ਇੱਜ਼ਤ ਨਹੀਂ ਕਰਦੇ ਤਾਂ ਮੇਰੀ ਨਿਗਾਹ 'ਚ ਉਹ ਵੀ ਉਹਨਾਂ ਦੇ ਫੈਨ ਨਹੀਂ, ਬਿਕੋਜ਼ ਉਹ ਇਹ ਨਹੀਂ ਸਿਖਾਉਂਦੇ ਕਿ ਤੁਸੀਂ ਕਿਸੇ ਕੁੜੀ ਦੀ ਇਨਸਲਟ ਕਰੋ। ਤਾਂ ਫੋਟੋ ਮੈਸੇਜਿਸ ਪੋਸਟ ਹੋ ਰਹੇ ਨੇ ਜੀ, ਮੈਨੂੰ ਮੈਸੇਜਿਸ ਆ ਰਿਹਾ ਕਿ ਤੂੰ ਕੀ ਜਿਤਾਉਣਾ ਚਾਹੁੰਦੀ ਹੈ ਕਿ ਮੈਂ ਵੀਡੀਓ ਛੱਡੀ ਹੈ। ਸੀ, ਮੈਂ ਕੋਈ ਆਕੜ ਨਹੀਂ ਦਿਖਾਈ, ਮੈਂ ਕਿਸੇ ਨੂੰ ਸ਼ੋਅ ਨਹੀਂ ਕਰਨਾ ਚਾਹੁੰਦੀ ਕਿ ਮੈਂ ਮਾਨ ਸਾਹਿਬ ਦੀ ਵੀਡੀਓ ਛੱਡਤੀ। ਇਹ ਦੋ ਡਿਫਰੈਂਟ ਗੱਲਾਂ ਨੇ। ਮੈਂ ਗੱਲ ਕੀਤੀ ਹੈ ਕਿ ਇੱਕ ਡਾਇਰੈਕਟਰ ਨੇ ਮੇਰੀ ਇਨਸਲਟ ਕੀਤੀ, ਮੈਂ ਉਸ ਜਗ੍ਹਾ 'ਤੇ ਨਹੀਂ ਜਾਣਾ ਚਾਹੁੰਦੀ ਸੀ। ਬਿਕੋਜ਼ ਅਗਰ ਕੋਈ ਡਾਇਰੈਕਟਰ ਜਾਂ ਈਵਨ ਬੰਦਾ ਜਿੱਥੇ ਤੁਹਾਡੀ ਇੱਜ਼ਤ ਨਹੀਂ ਹੁੰਦੀ, ਬੰਦਾ ਆਪਣੇ ਰਿਸ਼ਤੇਦਾਰ ਦੇ ਵਿਆਹ 'ਤੇ ਵੀ ਨਹੀਂ ਜਾਂਦਾ, ਤਾਂ ਮੈਂ ਉਸ ਸ਼ੂਟ ਦੇ ਉੱਤੇ ਕਿੱਦਾਂ ਚਲੀ ਜਾਂਦੀ। ਈਵਨ ਉਸ ਵਾਕਿਏ ਤੋਂ ਬਾਅਦ ਮੈਂ ਬੱਬੂ ਮਾਨ ਜੀ ਦੇ ਮੈਨੇਜਰ ਤੱਕ ਇਹ ਗੱਲ ਪਜਾਈ ਸੀਗੀ, ਬਿਕੋਜ਼ ਇੱਕ ਵੀਡੀਓ ਸ਼ੂਟ ਲਈ ਮੈਨੂੰ ਹੋਰ ਔਫਰ ਆਇਆ ਸੀਗਾ। ਔਰ ਮੈਂ ਉਹਨਾਂ ਨੂੰ ਸਾਰੀ ਗੱਲ ਦੱਸੀ ਸੀਗੀ ਜੀ ਵੀ ਆਹ ਗੱਲ ਹੋਈ ਸੀਗੀ, ਅਗਰ ਤੁਸੀਂ ਉੱਥੇ ਹੁੰਦੇ ਤਾਂ ਆਪਾਂ ਔਨਲਾਈਨ ਵੀਡੀਓ ਦੀ ਵੀ ਸ਼ੂਟ ਕਰ ਲੈਂਦੇ, ਕਿ ਅਗਰ ਤੁਸੀਂ ਮੇਰੇ ਕੋਂਟੈਕਟ 'ਚ ਹੁੰਦੇ, ਅਗਰ ਤੁਸੀਂ ਉੱਥੇ ਹੁੰਦੇ ਤਾਂ ਮੈਂ ਤੁਹਾਨੂੰ ਇਹ ਪ੍ਰੋਬਲਮ ਉਸੇ ਵੇਲੇ ਦੱਸ ਦੇਣੀ ਸੀ, ਔਰ ਮਾਨ ਸਾਹਿਬ ਤੱਕ ਇਹ ਗੱਲ ਪਹੁੰਚ ਜਾਂਦੀ। ਔਰ ਡੈਫੀਨੇਟਲੀ ਅਗਰ ਉਹਨਾਂ ਤੱਕ ਪਹੁੰਚਦੀ ਉਹ ਤਾੜ ਲਗਾਉਂਦੇ, ਅੱਧੀ ਇੰਡਸਟਰੀ ਨੂੰ ਪਤਾ ਕਿ ਚਲੋ ਐਨੀ ਹਾਓ ਉਹਨਾਂ ਨੇ ਜੋ ਕੀਤਾ ਉਹ ਸਭ ਦੇ ਸਾਹਮਣੇ ਆਈ ਜਾਊਗਾ। ਡਾਇਰੈਕਟਰ ਜਿਨ੍ਹਾਂ ਨੇ ਮੈਨੂੰ ਫੋਨ ਕੀਤਾ, ਮੈਂ ਇਹ ਦੱਸਿਆ ਸੀਗਾ ਕਿ ਡਾਇਰੈਕਟਰ ਦੇ ਖਿਲਾਫ ਮੈਨੂੰ ਫੋਨ ਆਇਆ ਸੀਗਾ, ਨਾ ਕਿ ਮੈਂ ਇਹ ਕਿਹਾ ਸੀ। ਔਰ ਈਵਨ ਮੈਂ ਡਾਇਰੈਕਟਰ ਦੀ ਟੀਮ ਨੂੰ ਮੂੰਹ ਦੇ ਉੱਤੇ ਬੋਲਿਆ ਸੀਗਾ ਕਿ ਹਾਂਜੀ ਉਹ ਚਾਹੇ ਵੱਡਾ ਡਾਇਰੈਕਟਰ ਬਣ ਜਾਵੇ, ਮੇਰੀ ਨਿਗਾਹ ਦੇ ਵਿੱਚ ਉਹ ਕਦੇ ਵੱਡਾ ਨਹੀਂ ਹੋ ਸਕਦਾ। ਕਿਉਂ? ਕਿਉਂਕਿ ਉਹਨੇ ਇੱਕ ਕੁੜੀ ਦੀ ਇਨਸਲਟ ਕੀਤੀ ਹੈ। ਮਾਨ ਸਾਹਿਬ ਹੋਣਗੇ, ਮੈਂ ਪੈਸਾ ਕਮਾਉਂਦੀ ਹਾਂ, ਮਾਨ ਸਾਹਿਬ ਕਿਸੇ ਸ਼ੋਅ ਦੇ ਉੱਤੇ ਉਹ ਮੂਡੀ ਨੇ, ਅਗਰ ਕਿਸੇ ਸ਼ੋਅ ਦੇ ਉੱਤੇ ਜਾਣਗੇ ਸਮਟਾਈਮ ਉਹ ਪੈਸਾ ਨਹੀਂ ਲੈਂਦੇ, ਸਮਟਾਈਮ ਉੱਥੇ ਹੀ ਪੈਸਾ ਦਾਨ ਦੇ ਆਉਂਦੇ ਨੇ। ਕਿਸੇ ਦੇ ਵਿਆਹ 'ਤੇ ਜਾਂਦੇ, ਕਿਸੇ ਮੈਂ ਬਹੁਤ ਵਾਰੀ ਸੁਣਿਆ ਕਿਸੇ ਕੁੜੀ ਦੇ ਵਿਆਹ 'ਤੇ ਜਾਂਦੇ ਨੇ, ਉੱਥੇ ਪੈਸੇ ਉਹਨਾਂ ਨੂੰ ਦੇ ਆਉਂਦੇ ਵੀ ਆਪਣੀ ਕੁੜੀ ਦੇ ਵਿਆਹ 'ਤੇ ਲਗਾਓ। ਅਤੇ ਤੁਸੀਂ ਸੋਚੋ ਬੰਦਾ ਆਪਣੇ ਪ੍ਰੋਫੈਸ਼ਨ ਦੀ ਇੱਜ਼ਤ ਕਰਦਾ। ਮੈਂ ਆਪਣੇ ਫੈਨਸ ਕੁਛ ਨਹੀਂ ਸੀ ਜਾਣਾ, ਅਗਰ ਸਪੋਜ਼ ਕੁਛ ਨਹੀਂ ਸੀ ਜਾਣਾ, ਇਹ ਕਿਹੜਾ ਗੱਲ ਕਿਸੇ ਦੇ ਸਾਹਮਣੇ ਸੀਗੀ, ਮੈਂ ਚੁੱਪ ਕਰਕੇ ਵੀਡੀਓ ਕਰ ਲੈਂਦੀ, ਕਿਸੇ ਦੇ ਸਾਹਮਣੇ ਵੀ ਨਹੀਂ ਸੀ ਆਉਣੀ, ਔਰ ਮੈਂ ਆਪਣੀ ਫੈਨਸ ਦੇ ਨਜ਼ਰਾਂ ਦੇ ਵਿੱਚ ਵਾਹ ਵਾਹ ਹੀ ਖੱਟ ਲੈਂਦੀ ਜੀ ਬੱਬੂ ਮਾਨ ਜੀ ਦੇ ਨਾਲ ਵੀਡੀਓ ਆਇਆ। ਮੈਨੂੰ ਤਾਂ ਸਗੋਂ ਫਾਇਦਾ ਹੋ ਰਿਹਾ ਸੀਗਾ, ਮੈਂ ਕਿਉਂ ਛੱਡਣਾ ਚਾਹੂੰਗੀ? ਲੇਕਿਨ ਆਪਣੀ ਨਿਗਾਹ ਦੇ ਵਿੱਚ ਤਾਂ ਇਹ ਆਉਣਾ ਸੀਗਾ ਨਾ ਜੀ ਮੈਂ ਇੰਸਲਟ ਕਰਵਾ ਕੇ ਗਾਣਾ ਕਰਦੀ ਹਾਂ, ਤਾਂ ਉਹ ਚੀਜ਼ ਗਲਤ ਹੈ ਮਾਨ ਸਾਹਿਬ ਨੂੰ ਵੀ। ਔਰ ਪਹਿਲੀ ਗੱਲ, ਕਿਸੇ ਨੂੰ ਇਹ ਨਹੀਂ ਪਤਾ ਕਿ ਸਾਡੇ ਉਹ ਕਲੋਜ਼ ਰਿਲੇਸ਼ਨਸ 'ਚ ਆਉਂਦੇ ਨੇ, ਮੈਂ ਉਹਨਾਂ ਨੂੰ ਕਦੇ ਮਿਲੀ ਨਹੀਂ, ਲੇਕਿਨ ਅੱਗੇ ਸਾਡੇ ਕਿਸੇ ਨੋਨਸ 'ਚ ਆਉਂਦੇ ਨੇ, ਕਾਫੀ ਘੱਟ ਲੋਕਾਂ ਨੂੰ ਪਤਾ। ਤਾਂ ਉਹਨਾਂ ਦੇ ਤੁਸੀਂ ਫੈਨਸ ਹੋ ਤਾਂ ਉਹਨਾਂ ਦੀ ਨੇਚਰ ਨੂੰ ਤੁਸੀਂ ਸਪੋਰਟ ਕਰੋ, ਉਹਨਾਂ ਦੀ ਕੁਆਲਿਟੀਜ਼ ਨੂੰ ਤੁਸੀਂ ਸਲੂਟ ਕਰੋ। ਉਹਨਾਂ ਨੂੰ ਹਾਲੇ ਤੱਕ ਨਹੀਂ ਮੈਨੂੰ ਲੱਗਦਾ ਇਹ ਚੀਜ਼ ਪਤਾ, ਉਹਨਾਂ ਦੇ ਮੈਨੇਜਰ ਨੂੰ ਮੈਂ ਗੱਲ ਦੱਸੀ ਸੀਗੀ, ਮੇਰੇ ਤੱਕ ਗੱਲ ਨਹੀਂ ਪਹੁੰਚੀ ਤਾਂ ਡੈਫੀਨੇਟਲੀ ਉਹਨਾਂ ਨੇ ਦੱਸਿਆ ਹੀ ਹੋਣਾ ਅੱਗੇ, ਔਰ ਉਹਨਾਂ ਨੇ ਮੈਨੂੰ ਇਹ ਗੱਲ ਬੋਲੀ ਸੀ, ਤੁਹਾਨੂੰ ਉਸੇ ਟਾਈਮ ਦੱਸਣਾ ਚਾਹੀਦਾ ਸੀਗਾ, ਉਹਨਾਂ ਦੇ ਮੈਨੇਜਰ ਨੂੰ ਮੈਂ ਦੱਸੀ ਇਹ ਗੱਲ। ਅਤੇ ਤੁਸੀਂ ਮੈਸੇਜਿਸ ਕਰਕੇ ਕੀ ਜਿਤਾਉਣਾ ਚਾਹੁੰਦੇ ਹੋ? ਮਾਨ ਸਾਹਿਬ ਦੇ ਬਾਰੇ ਬੋਲਿਆ, ਟੋਰਚ ਵੀਡੀਓ ਛੱਡੀ ਹੈ, ਤੈਨੂੰ ਕੀ ਲੱਗਦਾ ਅੱਜ ਤੂੰ ਹਵਾ ਮਾਰਦੀ ਹੈ, ਫੁੱਕ ਰਹੀ ਹੈ, ਇਹ ਉਹ ਹੈ, ਇਹਨੂੰ ਫੁੱਕਰਪਣਾ ਨਹੀਂ ਜੀ ਕਹਿੰਦੇ, ਠੀਕ ਹੈ? ਲਾਈਫ ਦੇ ਵਿੱਚ ਅਗਰ ਤੁਸੀਂ ਆਪਣਾ ਇੱਕ ਵਜੂਦ ਨਾ ਖੜਾ ਕੀਤਾ, ਉਹਦਾ ਕੋਈ ਫਾਇਦਾ ਨਹੀਂ ਹੈਗਾ। ਚਾਪਲੂਸੀ ਕਰਕੇ